शेयर थोड़ी रिस्पोंसिबिलिटी बन गया, करके दिखाना है फिर फ्रिज मिलूगा, नहीं फ्रिज नहीं मिलता। जे कोई मेरा वीर नवा मोटरसाइकिल लैन चलिया अज अल्टो गड्डी लै जाओ ए रेट च दे दूंगा। ये चली ओरिजिनल कार 33,000 चली है, सिर्फ 33,000 चली है, सारे टायर नाल दे ने दे। लो जी 33,000 चली हुई, मैं सोनू शुरू च ही कहता थी अज एही जी गड्डी दिखा दांगे, स्वाद आ जाऊगा। 33,000 कई बंदे ब्लैक अल्टो मांग रहे हैं। 90,000 रुपए दी सीएनजी लगी लगाई है, एनओसी नाल है, एनओसी नाल है, 90,000 दी। हां जी हां जी, एनओसी विद एनओसी दे नाल ये रेट हैगा, ठीक है। सीएनजी गड लगी है, सीएनजी उन पेपर है। हां जी हां जी, ये कार दा रेट घटाता है, तुम दे देंगे 47,000 दी। 47,000 रुपए दी एसी चालू 800 एसी वाली है ये, ले जाओ ठीक है। ते ये कार दे देंगे थोनू 99,000 दी। 99,000 लो जी, 99,000 रुपए दे विच आ ले जाओ गड्डी भाई, ऑन रिकॉर्ड चली है विद एनओसी दे नाल ही रेट है, थोनू एनओसी दे पैसे देने दी लोड नहीं है। 99 ही कर दो जी, 99,000 रुपए दी ले जाओ। फिर एक होर हुंडई दी i10 गड्डी, मोटर मोटरसाइकिल लैन चले ना लैजो, 99,000 रुपए दी सीएनजी लगी लगाई गड्डी है। मैं ओही कहना चिट्टे रंग दी 1,20,000 भाई, 1,20,000 दी। जे तुसी कोई होर अल्टू टो लाबरे 1,20,000 रुपए दी चिट्टे रंग दी सुट गड्डी मिल रही है, गड्डी दे विच आंदे नहीं कोई नुक्सान सी। मैं कहना बिल्कुल ब्रांड न्यू कार है, तसल्ली करके चेक करके साई दे के 50,000 दा बंदा बाजू दे सकदा, पक्की गल है। हां हां, लो 1,20,000 दी आ गड्डी लैजो। असीकार दोस्तों PB13 प्रोडक्शन चैनल थोड़े सारेयां दा स्वागत है। संगरूर शहर च आ गए, नाम सानू सारे नूं पता, फोटो देख लियो गी। ਤੇ ਅੱਜ ਇੱਕ ਸਪੈਸ਼ਲ ਓਵਰ ਲੱਗੇ ਦੇਣ ਬਈ, ਗੱਡੀ ਦੇ ਨਾਲ ਇੱਕ ਛੋਟਾ ਜਿਹਾ ਗਿਫਟ ਤੇ ਗਿਫਟ ਗਰਮੀ ਦੇ ਮੌਸਮ ਦੇ ਹਿਸਾਬ ਦਾ ਬਈ, ਜਿਹੜਾ ਮੇਰਾ ਵੀਰ ਪਹਿਲੀਆਂ 5 ਗੱਡੀਆਂ ਦੇ ਨਾਲ ਗਿਫਟ ਦਵਾਂਗੇ, ਠੀਕ ਹੈ। ਗਿਫਟ ਦੱਸਾਂਗੇ ਤੁਹਾਨੂੰ ਲਾਸਟ ਦੇ ਵਿੱਚ, ਹਨਾ ਜੀ, ਪਹਿਲਾਂ ਹੀ ਦੱਸਦੇ ਆਪਾਂ, ਕਿਉਂਕਿ ਐਕਸਾਈਟਮੈਂਟ ਵਾਜਾਂ ਵੀ ਆ। ਗਿਫਟ ਇੰਨਾ ਜ਼ਿਆਦਾ ਪਿਆਰਾ ਹੈ, ਗਰਮੀਆਂ 'ਚ ਆਊਗਾ ਪਸੰਦ, ਤੇ ਅੱਜ ਇੱਕ ਸਪੈਸ਼ਲ ਰੇਟ ਦੇ ਨਾਲ ਗਏ ਆਪਾਂ, ਹਨਾ। ਹਾਂਜੀ ਹਾਂਜੀ, ਚੈਲੰਜ ਕਰ ਦਿਓ ਵੀ ਬੰਦਾ ਪੰਜਾਬ ਦੇ ਵਿੱਚ ਜੇ ਆਪਾਂ ਬਹੁਤ ਘੱਟ ਰੇਟ ਵਾਲੀ ਅਲਟੋ ਕਾਰ ਆ, ਮਰੂਤੀ ਕਾਰ ਆ ਜੀ, ਬਹੁਤ ਘੱਟ ਸਾਫ਼ ਕਾਰ ਆ, ਘੱਟ ਚੱਲੀਏ ਲੈ ਕੇ ਆਉਂਦੀਆਂ ਨੇ गर्मी करके। गर्मी बच्चे वाला बजट दी कार नहीं लै सकदा, हर एक बंदे नूं मोटरसाइकिल दे मुल च कारां चाहीदियां ने, उन्हां लई आपां बहुत घट रेट च लिआंदियां ने, अल्टो कार अल्टो लिआंदियां ने। जे कोई मेरा वीर नवा मोटरसाइकिल लैण चलिया अज अल्टो गड्डी लै जाओ, ए रेट च दे दूंगा। लो जी, इन्हां दा एड्रेस ते कॉन्टैक्ट नंबर तुहानूं स्क्रीन ते चल रहेगा, जिहड़ी जिहड़ी गड्डी पसंद आई जिहदी स्क्रीनशॉट करी चलिओ। सब तो पहला ब्रीजा गड्डी जी। हाँ जी, ब्रीजा हैगी 2016 VDI ऑप्शनल मॉडल है, एयरबैग वाली, ABS ब्रेक वाली, ठीक है। ऑप्शनल ਦੇ ਵਿੱਚ ਹੈ, ਡੀਜ਼ਲ ਵੇਰੀਐਂਟ ਹੈ 2016। ਹਾਂ ਜੀ, ਅਰੀਨਾ 60,000 ਚੱਲੀ ਹੈ, ਏਜੰਸੀ ਰਿਕਾਰਡ, ਏਜੰਸੀ ਰਿਕਾਰਡ ਆਪਣਾ ਲੱਗਿਆ, 60,000 ਚੱਲੀ ਹੋਈ ਹੈ। ਹਾਂ ਜੀ, ਏਜੰਸੀ ਰਿਕਾਰਡ ਆ, ਦੋਨੋਂ ਚਾਬੀਆਂ ਨਾਲ ਨੇ ਦੀਆ, ਠੀਕ ਹੈ। ਇੰਸ਼ੋਰੈਂਸ ਵੈਲਿਡ ਹੈ ਇਹਦਾ, ਠੀਕ ਹੈ ਜੀ। ਹਾਂ ਜੀ, 10 ਮਹੀਨੇ ਪਿਆ ਇੰਸ਼ੋਰੈਂਸ, ਤੇ ਅਲਾਈ ਵੀਲ ਟਾਇਰ 60,000 ਦੇ ਨਵੇਂ ਲੱਗੇ ਨੇ ਇਹਦੇ, ਠੀਕ ਹੈ ਜੀ। ਕਾਰ ਦੇ ਅਲੋਇ ਟਾਇਰ ਟੂਰ ਸਾਰਾ, ਹਾਂ ਜੀ ਹਾਂ ਜੀ, ਸਾਰੀ ਰੀਨਲ ਬੰਪ ਟੂ ਬੰਪ ਰੀਨਲ ਆ। ਤੇ ਰੇਟ ਕਿੰਨਾ ਹੋਣਾ 16 ਦਾ? ਕਲਮ ਨਹੀਂ ਲੱਗੀ ਰੰਗ ਦੀ, ਇਹ ਲਾਸਟ ਗੱਡੀ ਇੱਕੋ ਰੇਟ ਆ ਫਾਈਨਲ ਦੇਣ ਵਾਲਾ, ਇਹ ਦੇਣਾਗੇ 6,90,000 ਦੀ 16 ਮਾਡਲ ਦਾ, 16 ਦਸੰਬਰ 16 ਦਸੰਬਰ ਦੀ ਆਪਸ਼ਨਲ ਸਾਰੀ ਓਰੀਜਨਲ ਬੰਪਰ ਟੂ ਬੰਪਰ 6,90,000। ਹਾਂਜੀ ਹਾਂਜੀ, ਆਜੋ ਜੀ। ਹੁਣ ਬਾਈ ਗੱਡੀਆਂ ਬਹੁਤ ਸਾਰੀਆਂ ਨੇ, ਥੋੜਾ ਸਬਰ ਕਰ ਲਿਓ ਤੇ ਗੱਡੀ ਜੋ ਵੀਡੀਓ ਨੂੰ ਬਾਤੋਂ ਤੇ ਸ਼ੇਅਰ ਕਰ ਦਿਓ, ਠੀਕ ਹੈ। ਅਲਟੋ ਆ ਗਈ ਜੀ ਬਲੈਕ ਕਲਰ। ਹਾਂਜੀ, ਇਹ ਕਾਰ ਐਡਵੋਕੇਟ ਦੀ ਕਾਰ ਹੈ, ਫਸਟ ਓਨਰ ਆ, ਸਾਰੇ ਸ਼ੀਸ਼ੇ ਨਾਲ ਦੇ ਨੇ ਇਹਦੇ, 9 ਮਾਡਲ ਆ 2009। ਹਾਂਜੀ ਠੀਕ ਹੈ ਜੀ, ਇਹ ਚੱਲੀ ਓਰੀਜਨਲ ਕਾਰ 33,000 ਚੱਲੀ ਆ, ਸਿਰਫ 33,000 ਚੱਲੀ ਆ, ਸਾਰੇ ਟਾਇਰ ਨਾਲ ਦੇ ਨੇ ਇਹਦੇ। ਲਓ ਜੀ, 33,000 ਚੱਲੀ ਹੋਈ, ਮੈਂ ਤੁਹਾਨੂੰ ਸ਼ੁਰੂ ਚ ਹੀ ਕਹਿਤਾ ਸੀ ਅੱਜ ਇਹੀ ਜਿਹੀ ਗੱਡੀ ਦਿਖਾ ਦਾਂਗੇ, ਸਵਾਦ ਆ ਜਾਊਗਾ। 33,000 ਹਾਂ ਜੀ, ਕਈ ਬੰਦੇ ਬਲੈਕ ਅਲਟੋ ਮੰਗਦੇ ਨੇ, ਉਹਨਾਂ ਲਈ ਸਪੈਸ਼ਲ ਲਿਆਂਦੀ ਹੈ। ਲਓ ਜੀ, 10 ਰੇਟ ਦਾ ਦੇ ਦਿੱਤੇ, 33 ਇਹ ਕਾਰ ਦੇ ਦਾਂਗੇ ਆਪਾਂ ਐਨਓਸੀ ਨਾਲ, 1,35,000 ਦੀ, 1,35,000 ਦੀ 33,000 ਚੱਲੀ ਹੋਈ ਅਲਟੋ ਹੈ, ਮਿਲਦੀ ਨਹੀਂ ਵੀਰੇ ਲੱਭੇ ਤੋਂ ਇੰਨੀ ਘੱਟ ਤੇ ਇੰਨੇ ਸਸਤੇ ਰੇਟ 'ਚ। ਇਸ ਤੋਂ ਬਾਅਦ ਬਈ ਕਲਰ ਦੀ ਚੁਆਇਸ ਆਪਣੇ ਕੋਲ ਬਹੁਤ ਸਾਰੀਆਂ, ਵਾਈਟ ਕਲਰ ਹੈ ਸਰ। ਇਹ 11 ਮਾਡਲ ਅਲਟੋ ਐਲਐਕਸ ਆ ਜੀ, ਮਾਲੀ ਨੰਬਰ ਹੈ, ਰੀਨਲ ਸੈਕੰਡ ਓਨਰ ਹੈ ਜੀ, ਸਾਰੇ ਸ਼ੀਸ਼ੇ ਨਾਲ ਦੇ ਨੇ, ਪੱਕੇ ਨੰਬਰ ਦੇ ਆਣਾ ਜੀ। ਹਾਂਜੀ, ਰੀਨਲ ਨੰਬਰ 65 ਮਹਾਲੀ ਦਾ ਨੰਬਰ ਹੈ ਜੀ, 11 ਮਾਡਲ ਆ। ਹਾਂਜੀ, ਇਹ ਕਾਰ ਦੇ ਦਾਂਗੇ ਲਾਸਟ ਆਪਾਂ 1,70,000 ਦੀ, 1,70,000 ਦੀ 2011। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਸਵਿਫਟ ਡਿਜ਼ਾਇਰ ਵਾਈਟ ਕਲਰ, ਪੰਜਾਬ ਨੰਬਰ ਗੱਡੀ ਹੈ ਇਹ, 2014 ਮਾਡਲ ਡਿਜ਼ਾਇਰ VDI, ਵੀਡੀਓ ਡੀਜ਼ਲ ਵੇਰੀਐਂਟ ਆ ਗਿਆ। ਹਾਂਜੀ ਹਾਂਜੀ, ਇਹ ਰੀਨਲ ਨੰਬਰ ਹੈ, PB22 ਫਾਜ਼ਿਲਕਾ ਦਾ, ਠੀਕ ਹੈ ਜੀ। ਠੀਕ ਹੈ ਜੀ, ਇਹਦੇ 16 ਇੰਚੀ ਲਾਈ ਟਾਇਰ ਲੱਗੇ ਨੇ, ਇਹ ਕਾਰ ਦੇ ਦਾਂਗੇ ਲਾਸਟ 4.5 ਲੱਖ ਦੀ, 4.5 ਲੱਖ ਰੁਪਏ 14 2014 ਮਾਡਲ VDI VDI ਬਾਈ। ਹਾਂਜੀ, ਲਓ ਜੀ, ਇਸ ਤੋਂ ਬਾਅਦ ਇੱਕ ਹੋਰ ਅਲਟੋ, ਇਹ ਦੱਸੋ ਸਰ ਡਿਟੇਲ। ਇਹ ਅਲਟੋ 9 ਮਾਡਲ ਹੈ, LXI ਫਸਟ ਓਨਰ ਹੈ, ਸਾਰੇ ਸ਼ੀਸ਼ੇ ਨਾਲ ਦੇ ਨੇ, ਤੇ ਦੋਨੋਂ ਚਾਬੀਆਂ ਰਿਮੋਟ ਇਹਦਾ ਨਾਲ ਆ ਦੋਨੋਂ, ਠੀਕ ਹੈ ਜੀ, ਤੇ ਇੰਸ਼ੋਰੈਂਸ ਇਹਦਾ ਵੈਲਿਡ ਹੈ ਜੀ 8-9 ਮਹੀਨੇ, ਠੀਕ ਹੈ ਜੀ। ਇਹ ਕਾਰ ਦੇ ਦਾਂਗੇ 1,25,000 ਦੀ ਲਾਸਟ ਹੈ NOC ਨਾਲ, ਜਿੱਥੇ ਮਰਜ਼ੀ NOC ਲੈ ਸਕਦੇ। 1,25,000 ਦੀ 2009 ਮਾਡਲ ਆ। ਇਸ ਤੋਂ ਬਾਅਦ ਆ ਗਈ ਜੀ ਮਾਰੂਤੀ ਸੁਜ਼ੂਕੀ ਦੀ, ਇਹ ਜੈਨ ਸਟੀਲੋ ਆ ਜੀ, A ਸੀਰੀਜ਼ ਇੰਜਨ ਵਾਲੀ ਨਵੇਂ ਮਾਡਲ ਵਾਲੀ, 11 ਮਾਡਲ
दोनों चाबी रिमोट आई इंश्योरेंस ਦਾ ਹੁਣੇ ਖਤਮ ਹੋ ਗਿਆ ਫੁੱਲ ਇੰਸ਼ੋਰੈਂਸ ਦੀ ਗੱਡੀ ਦਾ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ ਲਾਸਟ 1,70,000 1,70,000 ਦੀ 2011 ਮਾਡਲ ਹੈ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਸੈਂਟਰੋ ਇਹ ਸੈਂਟਰੋ ਸਾਰੀ ਓਰੀਜਨਲ ਕਾਰ ਹੈ ਜੀ ਟਾਇਰ ਨਵੇਂ ਨੇ ਇਹਦੇ 2007 ਮਾਡਲ ਹੈ ਸੀਐਨਜੀ ਔਨ ਪੇਪਰ 7 ਸੀਐਨਜੀ ਵਾਲੀ ਹੈ ਸੈਂਟਰੋ ਹਾਂ ਹਾਂ ਯਾਰ ਸੀਐਨਜੀ ਘੱਟ ਰੇਟ ਚ ਕਾਰ ਲੈਣੀ ਆ ਹਾਂਜੀ ਇਹ ਬਹੁਤ ਘੱਟ ਰੇਟ ਆ ਦਾ ਕਾਰ ਦਾ ਇਹ ਗੱਡੀ ਬਿਲਕੁਲ ਸਾਫ ਆ ਨਵੇਂ ਦੇ ਮੁਕਾਬਲਾ ਕਰਦੀ ਕਾਰ ਸੀਐਨ ਕਵਰ ਨਵੇਂ ਪੁਰਾਣੇ ਮੋਟਰਸਾਈਕਲ ਜਿਹਨਾਂ ਰੇਟ ਹਾਂ ਹਾਂ ਕਿੰਨੇ ਦੇਵਾਂਗੇ ਯਾਰ ਇਹ ਤੁਹਾਨੂੰ ਦੇਵਾਂਗੇ ਲਾਸਟ 90,000 ਦੀ लो जी 90,000 रुपए दी सीएनजी लगी लगाई है एनओसी नाल है एनओसी नाल है हां जी 90,000 दी हां जी हां जी एनओसी विद एनओसी दे नाल ये रेट हैगा ठीक है सीएनजी किट लगी है सीएनजी ऑन पेपर है हां जी हां जी और आ गई अपने को सेंटर डिटेल दस ये 2008 मॉडल है दिसंबर महीने दी है 8 दिसंबर दी हां जी दिसंबर महीने दी है ये कार दी एनओसी आई है संगरूर दी ठीक है जी ठीक है साफ कार है पूरी 60% टायर ने कार दे ये थोन दे दंगे लास्ट आपा इको रेट देन वाला 1,00,000 रुपए दी लख रुपए भी हाँ जी हाँ जी 8 दिसंबर दी एक एक साल पासिंग पे ही है नंबर ला के पासिंग बाजू 99,000 दी कर दा जी 99 दी कर दो 99,000 रुपए दी हुंडई सेंट्रो गड्डी ले जो सारी गड्डी ओरिजिनल है ठीक है एनओसी दी आ चुकी है गड्डी ठीक है स्क्रीन दे नंबर चल रहे स्क्रीनशॉट कर लो ते बाई दी फोटो जरूर क्लिक कर लो भाई नाल हुंदे ठीक है इस तो बाद भाई जमी सस्ते रेट दे विच मारुति गड्डी लोग मॉडिफाई बहुत लभ रहे हैं मैनू खुद नू बहुत सारियां क्वेरी आउंदियां ने कि मेरे मारुति गड्डी दवा दे बहुत सस्ते रेट लग्या था बन अरे एसी वाली है जी हाँ जी एसी है दी 6 महीने पासिंग पई है जी एदी जी एदी हाँ जी ठीक है जी ते बाकी इंश्योरेंस पे है 3-4 महीने वैलिड ठीक है सारी ओरिजिनल कार है टायर बढ़िया 70-80% ने दे ये कार दा रेट घटाता है थोनू दे देंगे लास्ट 47,000 दी 47,000 रुपए दी एसी चालू 800 एसी वाली है ये ले जो 50,000 ਦਾ ਹੀ ਕਬਾੜ ਚ ਦਿੰਦੇ ਨੇ ਤੋੜ ਕੇ ਇਹਦਾ ਰੇਟ ਪਹਿਲਾਂ 50,000 ਸੀ 47,000 ਰੇਟ ਕਰਤਾ ਹੁਣ ਬਈ ਚੱਲਦੀ ਉੱਡੀ ਯਾਰ ਇਹ ਅਰੇ ਦਾ ਮਾਡਲ ਕਿੰਨਾ ਜੀ ਇਹ ਮਾਡਲ ਹੈ ਜੀ 2000 ਪਾਸਿੰਗ ਪਈ ਹੈ ਦੀ ਇੰਸ਼ੋਰੈਂਸ ਪਿਆ ਸਾਰੇ ਪੇਪਰ ਸਾਰਾ ਕੁਝ ਪਿਆਗਾ ਸਾਰੇ ਪੇਪਰ ਸਾਰੇ ਕੁਝ ਓਕੇ ਆ ਗੱਡੀ ਦਾ ਕਲਰ ਦੀ ਅਲਟੋ ਡਿਟੇਲ ਦੱਸ ਦੇ ਜੀ ਦੀ ਇਹ ਕਾਰ ਸੰਗਰੂਰ ਨੰਬਰ ਅਲਟੋ ਹੈ ਜੀ PB13 ਹਾਂਜੀ ਸੈਕੰਡ ਓਨਰ ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਟਾਇਰ ਇਹਦੇ ਨਵੇਂ ਲੱਗੇ ਪਏ ਹੁਣ ਹਾਂਜੀ ਚਾਰੋਂ ਟਾਇਰ ਨਵੇਂ ਲੱਗੇ ਨੇ MRF ਦੇ ਠੀਕ ਹੈ ਜੀ ਤੇ ਇਹ ਪਾਸਿੰਗ ਇਹਦੀ 27 ਤੱਕ ਆ ਠੀਕ ਹੈ ਜੀ ਸੀਟ ਕਵਰ ਨਵੇਂ ਨੇ ब्लूटूथ प्लेयर लगे वधिया सारा कुछ लगे हुए सारी ओके गड्डी ये तुम लाट दे देंगे 1,35,000 1,35,000 दी हां जी पासिंग वाली टायर 2008 हां जी हां जी इस तो बाद एक का खड़ी जी दसो ये 2008 मॉडल है ये कार सारी ओरिजिनल 30,000 चली है ठीक है जी ये दो टायर नवे लग गए अगले तीन टायर नाल दे ने ये कार दे देंगे थोनू 1,10,000 दी 1,10,000 दी विद एनओसी 8 मॉडल हां जी हां जी लो भी इनिया अल्टो कलर दी चॉइस ता तुसी शोरूम जी देखी होनी जिन्नी बाइफ्रेंड खरा कहंदे लाल ਦਸੰਬਰ ਠੀਕ ਹੈ 2009 ਮਾਲ ਦਸੰਬਰ ਮਹੀਨੇ ਦੀ ਲਾਸਟ ਮੰਥ ਦੀ ਠੀਕ ਹੈ ਕਿੰਨੇ ਦੇਵਾਂਗੇ ਜੀ ਗੱਡੀ ਪਾਸਿੰਗ ਪਈ ਹੈ 2 ਸਾਲ ਹੈ ਜੀ ਇਹਦੀ ਠੀਕ ਹੈ ਜੀ ਹਾਂਜੀ ਫਸਟ ਓਨਰ ਕਾਰ ਆ ਦੋਨੋਂ ਚਾਬੀਆਂ ਨਾਲ ਨੇ ਦੀ ਆ ਇੰਸ਼ੋਰੈਂਸ ਵੈਲਿਡ ਆ ਦਾ 7-8 ਮਹੀਨੇ ਠੀਕ ਹੈ ਜੀ ਠੀਕ ਹੈ ਇਹ ਕਾਰ ਦੇ ਦਾਂਗੇ ਲਾਸਟ ਇੱਕੋ ਰੇਟ ਦੇਣ ਲੈਣ ਵਾਲਾ 1,30,000 ਦੀ 1,30,000 ਦੀ ਟਾਪ ਮਾਡਲ ਅਲਟੋ ਲੈ ਜੋ ਰੈੱਡ ਕਲਰ ਦੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਬਲੂ ਇਹ ਅਲਟੋ ਹੀ ਬਿਲਕੁਲ ਸਾਫ ਆ 60-70,000 ਦੇ ਲੈਵਲ ਉਹਨੇ ਚੱਲੀ ਹੈ ਕਾਰ ਇਹ ਹਾਂਜੀ ਤੇ ਸੀਐਨਜੀ ਔਨ ਪੇਪਰ ਆ ਫਸਟ ਓਨਰ ਆ ਦੋਨੋਂ ਚਾਬੀਆਂ ਨਾਲ ਇਹ ਸੀਐਨਜੀ ਵਾਲੀ ਅਲਟੋ ਆ ਗਈ ਇਹ 8 ਦਸੰਬਰ ਦੀ ਆ ਇਹ 2008 8 ਦਸੰਬਰ ਦੀ ਆ ਦਸੰਬਰ ਮਹੀਨੇ ਦੀ 12ਵੇਂ ਮਹੀਨੇ ਦੀ ਆ ਪਹਿਲੇ ਨਾਮ ਆ ਇਹ ਕਿੰਦੇ ਦਾਂਗੇ ਜੀ ਇਹ ਕਾਰ ਦੇ ਦਾਂਗੇ ਤੁਹਾਨੂੰ ਇਹਦਾ ਵੀ ਇੰਸ਼ੋਰੈਂਸ ਵੈਲਿਡ ਆ ਜੀ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਵਿਦ ਐਨਓਸੀ ਨਾਲ ਤੁਹਾਨੂੰ 1,10,000 ਦੀ 1,10,000 ਦੀ ਲੈ ਜਾਓ ਵੀਰੇ ਸੀਐਨਜੀ ਵਾਲੀ ਅਲਟੋ ਹੈ ਠੀਕ ਹੈ ਸਾਰੀ ਗੱਡੀ ਜੈਨੂਅਲ ਹੈ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਚੈਰੀ ਕਲਰ ਆ ਤੁਹਾਨੂੰ ਕਿਹਾ ਸੀ ਵੀ ਰੰਗ ਦੀ ਵੈਰਾਈਟੀ ਦਾ ਸਬਜ਼ੀਆਂ ਵਾਂਗੂ ਵਧ ਰਹੇ ਨੇ ਹਾਂਜੀ ਇਹ ਕਾਰ ਹੈਗੀ ਹੈ 2008 ਮਾਡਲ ਇਹ ਵੀ ਹੈਗੀ ਹੈ 7ਵੇਂ ਮਹੀਨੇ ਦੀ ਕਾਰ ਆ ਇਹ ਫਸਟ ਓਨਰ ਆ 60,000 ਚੱਲੀ ਹੈ ਓਰੀਜਨਲ ਟਾਇਰ ਪਹਿਲੀ ਵਾਰ ਲੱਗ ਗਏ ਹਾਂਜੀ ਇਹਦੇ ਨਵੇਂ ਠੀਕ ਹੈ ਜੀ ਇਹ ਕਿੰਨੇ ਦੇਣਗੇ ਸੀਟ ਕਵਰ ਨਵੇਂ ਲੱਗੇ ਨੇ ਇਹਦੇ ਦੋਨੋਂ ਚਾਬੀਆਂ ਨਾਲ ਨੇ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਤੁਹਾਨੂੰ ਲਾਸਟ 1,10,000 ਦੀ 1,10,000 ਦੀ ਵਿਦ ਐਨਓਸੀ ਦੇ ਨਾਲ ਆ ਗੱਡੀ ਲੈ ਜਾਓ ਬਾਈ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਸਿਲਵਰ ਇਹ ਅਲਟੋ ਹੈਗੀ ਹੈ 2008 ਮਾਡਲ ਹੈ ਠੀਕ ਹੈ ਜੀ ਇਹਦੀ ਐਨਓਸੀ ਸੰਗਰੂਰ ਦੀ ਕੱਟ ਗਈ ਫਸਟ ਓਨਰ ਆ ਕਾਰ
ਟਾਇਰ ਨਵੇਂ ਨੇ ਤੇ ਸਾਰੇ ਸੀਐਨਜੀ ਔਨ ਪੇਪਰ ਆ। ਇਹ ਵੀ ਸੀਐਨਜੀ ਵਾਲੀ ਆ? ਹਾਂਜੀ ਹਾਂਜੀ, 8 ਮਾਡਲ ਆ, ਸੀਐਨਜੀ ਆ, ਠੀਕ ਹੈ ਦੋਸਤੋ। ਹਾਂਜੀ ਹਾਂਜੀ, ਇਹ ਤੁਹਾਨੂੰ ਦੇ ਦਾਂਗੇ ਲਾਸਟ। ਇਹ ਵੀ 1,10,000 ਦੀ, 1,10,000 ਦੀ ਇਹ ਵੀ, ਇਹ ਵੀ ਲੈ ਜਾਓ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਚੈਰੀ ਕਲਰ ਦੀ ਇੱਕ ਹੋਰ ਆ। ਹਾਂਜੀ ਹਾਂਜੀ, ਇਹ ਕਾਰ ਬਿਲਕੁਲ ਸਾਫ ਕਾਰ ਆ, ਰੇਟ ਹੀ ਬਹੁਤ ਘੱਟ ਆ ਇਹ ਕਾਰ ਦਾ, ਠੀਕ ਹੈ ਜੀ। ਇਹਦੇ ਟਾਇਰ ਗੱਡੀ ਦੇ ਹੈਗੇ 70-80% ਫਸਟ ਓਨਰ ਆ, 56,000 ਚੱਲੀ ਆ ਓਰੀਜਨਲ, 56,000 ਚੱਲੀ ਹੋਈ ਆ। ਏਜੰਸੀ ਗੱਡੀ ਦਾ ਜਿਹੜਾ ਰਿਕਾਰਡ ਆਪਣੇ ਕੋਲ ਪਿਆ ਤੇ 2008 ਮਾਡਲ ਹੈ ਜੀ। ਇਹ ਕਾਰ ਦਸੰਬਰ ਮਹੀਨੇ ਦੀ ਆ, ਠੀਕ ਹੈ ਜੀ, ਫਸਟ ਓਨਰ ਆ। ਹਾਂਜੀ, ਇਹ ਤੁਹਾਨੂੰ ਸ਼ਾਇਦ ਹੋ ਸਕਦਾ 2 ਚਾਬੀਆਂ ਨਾਲ ਨੇ ਇਹਦੀ ਆ, ਠੀਕ ਹੈ। ਤੇ ਇਹ ਕਾਰ ਦੇ ਦਾਂਗੇ ਤੁਹਾਨੂੰ 99,000 ਦੀ। 99,000 ਲਓ ਜੀ, 99,000 ਰੁਪਏ ਦੇ ਵਿੱਚ ਆ ਲੈ ਜਾਓ ਗੱਡੀ ਬਈ। ਓਨ ਰਿਕਾਰਡ ਚੱਲੀ ਹੋਈ ਹੈ ਵਿਦ ਐਨਓਸੀ ਦੇ ਨਾਲ ਇਹ ਰੇਟ ਆ, ਤੁਹਾਨੂੰ ਐਨਓਸੀ ਦੇ ਪੈਸੇ ਦੇਣ ਦੀ ਲੋੜ ਨਹੀਂ ਹੈਗੀ। ਹਾਂਜੀ, ਆਜੋ ਜੀ। ਇਸ ਤੋਂ ਬਾਅਦ ਬਈ ਜਿੰਨਾਂ ਨੇ ਮਾਰੂਤੀ ਸੁਜ਼ੂਕੀ ਸਵਿਫਟ ਵਰਗੀਆਂ ਗੱਡੀਆਂ ਲੈਣੀਆਂ ਹੁੰਦੀਆਂ, ਹਾਂ ਸਵਿਫਟ ਪਹਿਲਾਂ ਆਈ ਸੀ ਆਪਣੇ ਕੋਲ, ਬਹੁਤ ਬੰਦੇ ਦੀ ਡਿਮਾਂਡ ਸੀ, ਪਹਿਲਾਂ ਸਵਿਫਟਾਂ ਵੇਗੀਆਂ 4-5 ਆਈ ਸੀ, ਉਦੋਂ ਬਾਅਦ ਫੋਨ ਆਈ ਗਏ ਸਵਿਫਟ ਲੈਣੀ ਆ, ਸਵਿਫਟ ਲੈਣੀ ਆ। ਇਹ ਕਾਰ ਸਾਰੀ ਓਰੀਜਨਲ ਕਾਰ ਆ, ਬਾਡੀ ਦੀ ਬੰਪਰ ਛੱਡ ਕੇ ਸਾਰੀ ਓਰੀਜਨਲ ਕਾਰ ਆ, ਬਿਲਕੁਲ ਨਵੀਂ ਕਾਰ ਆ, ਬ੍ਰਾਂਡ ਨਿਊ, ਠੀਕ ਹੈ ਜੀ। ਠੀਕ ਹੈ ਜੀ, ਇਹਦੇ ਟਾਇਰ ਹੈਗੇ ਨੇ ਘੱਟੋ 80-90%, ਠੀਕ ਹੈ। VXI ਆ ਇਹ, ਪੈਟਰੋਲ ਦੀ ਆ, ਪੈਟਰੋਲ VXI, ਓਰੀਜਨਲ ਪੈਟਰੋਲ ਚੱਲੀ ਹੋਈ ਆ, ਠੀਕ ਹੈ। ਠੀਕ ਹੈ, ਇਹ ਕਾਰ ਦੇ ਦਾਂਗੇ ਆਪਾਂ ਲਾਸਟ ਤੁਹਾਨੂੰ ਇੱਕੋ ਰੇਟ ਦੇਣ ਲੈਣ ਵਾਲਾ, 1,45,000 ਦੀ, 1,45,000 ਦੀ 2000, ਬਿਲਕੁਲ ਬ੍ਰਾਂਡ ਨਿਊ ਕਾਰ ਆ, 8 ਮਾਡਲ VXI, ਠੀਕ ਹੈ ਜੀ। 8 ਮਾਡਲ ਦਾ VXI ਹੈ ਜੀ। ਹਾਂਜੀ, ਇਸ ਤੋਂ ਬਾਅਦ ਡਿਜ਼ਾਇਰ ਵੀ, ਇਹ ਡਿਜ਼ਾਇਰ ਸੇਲ ਹੋ ਗਈ, ਇਹ ਸੇਲ ਹੋ ਚੁੱਕੀ ਹੈ। ਹੋਂਡਾ ਸਿਟੀ ਜੀ, ਹੋਂਡਾ ਸਿਟੀ, ਇਹ 2009 ਮਾਡਲ ਆ, IVTEC ਹੋਂਡਾ, IVTEC 2009 ਮਾਡਲ ਹੋਂਡਾ ਸਿਟੀ, ਹਾਂਜੀ, ਪੈਟਰੋਲ ਵੇਰੀਐਂਟ ਹੈ, ਪੈਟਰੋਲ SMT ਮਾਡਲ ਹੈ, SMT ਕਿੰਨੇ ਦੇ ਦਾਂਗੇ? ਇਹ ਤੁਹਾਨੂੰ ਲਾਸਟ ਦੇ ਦਾਂਗੇ 1,85,000 ਦੀ, 1,85,000 ਦੀ ਲੈ ਜਾਓ ਬਈ, 2009 I10, ਹਾਂਜੀ, ਇਹ 2008 ਮਾਡਲ ਆ, ਓਰੀਜਨਲ ਕਾਰ ਆ, ਸਾਈਡਾਂ ਦੇ ਹਲਕੇ ਫੁਲਕੇ ਸਕ੍ਰੈਚ ਹੈਗੇ ਨੇ ਇਹਦੇ ਕਾਰ ਦੇ, ਚੱਲੀ 60,000 ਆ ਓਰੀਜਨਲ, 60,000 ਚੱਲੀ ਹੋਈ, ਟਾਇਰ ਨਵੇਂ ਲੱਗ ਗਏ ਇਹਦੇ ਕਾਰ ਦੇ, ਠੀਕ ਹੈ ਜੀ। ਠੀਕ ਹੈ, ਐਨਓਸੀ ਸੰਗੂਰ ਦੀ ਆਈ ਹੋਈ ਹੈ ਇਹਦੀ ਕਾਰ ਦੀ, ਇਹ ਤੁਹਾਨੂੰ ਦੇ ਦਾਂਗੇ ਲਾਸਟ ਇੱਕੋ ਰੇਟ ਦੇਣ ਲੈਣਾ, ਜਿਹੜਾ 1,00,000 ਰੁਪਏ ਦੀ, 1,10,000 ਰੇਟ ਸੀਗਾ, 1,00,000 ਰੁਪਏ ਦੀ, 99 ਹੀ ਕਰ ਦੋ, 99,000 ਰੁਪਏ ਦੀ ਲੈ ਜਾਓ ਵੀਰੇ। ਇੱਕ ਹੋਰ ਹੁੰਡਾਈ ਦੀ I10 ਗੱਡੀ, ਦੋਨੋਂ ਚਾਬੀਆਂ ਦੋਨੋਂ ਰਿਮੋਟ ਨਾਲ ਨੇ ਕਾਰ ਦੇ, ਠੀਕ ਹੈ ਜੀ। ਹਾਂਜੀ, ਇਹ ਕਾਰ 5 ਟਾਇਰ ਨਵੇਂ ਨੇ, ਐਨਓਸੀ ਸੰਗਰੂਰ ਦੀ ਕੱਟ ਚੁੱਕੀ ਇਹਦੀ, ਠੀਕ ਹੈ ਜੀ। ਇਹ ਕਾਰ ਤੁਹਾਨੂੰ ਦੇ ਦਾਂਗੇ ਲਾਸਟ ਦੇਣ ਲੈਣਾ, ਰੇਟ 2,50,000 ਦੀ, 2,60,000 ਰੇਟ ਸੀਗਾ ਇਹਦਾ, 50,000 ਦੀ 2011 ਮਾਡਲ ਆ, ਹਾਂਜੀ, ਦਸੰਬਰ ਦੀ, ਦਸੰਬਰ ਦੀ, ਡੀਜ਼ਲ ਵੇਰੀਐਂਟ ਹੈ, ਡੀਜ਼ਲ ਫਸਟ ਓਨਰ, ਠੀਕ ਹੈ। ਲਓ ਜੀ, ਹੁੰਡਾਈ ਦੀ ਸੈਂਟਰੋ ਸਰ, ਡਿਟੇਲ ਦੱਸ ਦੋ ਜੀ। ਇਹ 2007 ਮਾਡਲ ਕਾਰ ਹੈ ਜੀ, CNG ਔਨ ਪੇਪਰ ਆ, ਸੀਟ ਕਵਰ ਨਵੇਂ ਨੇ ਕਾਰ ਦੇ, ਐਨਓਸੀ ਆ ਚੁੱਕੀ ਹੈ ਇਹਦੀ, ਸਾਰੇ ਸ਼ੀਸ਼ੇ ਨਾਲ ਦੇ ਨੇ, ਠੀਕ ਹੈ ਜੀ, 5 ਟਾਇਰ ਨਵੇਂ ਨੇ, ਸਟਿਪਨੀ ਸਮੇਤ ਸਾਰਾ ਕੁਝ ਓਕੇ ਜੀ, ਤੁਹਾਨੂੰ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਹੈਗੀ। 7 ਮਾਡਲ ਹੈ, CNG ਲੱਗੀ ਹੋਈ ਹੈ, ਇਹ ਵੀ ਤੁਹਾਨੂੰ ਦੇ ਦਾਂਗੇ 99,000 ਦੀ, 99,000 ਦੀ CNG ਲੱਗੀ ਲਗਾਈ, ਹਾਂ CNG, ਦੇਖ ਲਓ ਬਿਲਕੁਲ ਨਵੀਂ, 5 ਟਾਇਰ ਨਵੇਂ, ਅੱਜ ਇੰਨਾ ਕਮਾਲ ਚੌਂਕਰੀ ਜਾਂਦੇ ਹੋ, ਗਰਮੀ ਆ ਗਈ। ਜਿਹੜੇ ਮੇਰੇ ਵੀਰ, ਮੈਂ ਸ਼ੁਰੂ ਤੋਂ ਕਿਹਾ ਸੀ ਮੋਟਰਸਾਈਕਲ ਲੈਣ ਚੱਲੇ ਨਾ ਲੈ ਜਾਓ, 99,000 ਰੁਪਏ ਦੀ CNG ਲੱਗੀ ਲਗਾਈ ਗੱਡੀ। ਲਓ ਜੀ, ਮਾਰੂਤੀ ਸੁਜ਼ੂਕੀ ਸਵਿਫਟ ਵਾਈਟ ਕਲਰ, ਸਰ ਡਿਟੇਲ ਦੱਸ। ਇਹ 2008 ਮਾਡਲ ਕਾਰ ਹੈ ਜੀ, 8 ਮਾਡਲ ਆ, ਹਾਂਜੀ ਹਾਂਜੀ, ਇਹਦੀ ਐਨਓਸੀ ਮਿਲ ਜੂਗੀ ਜਿੱਥੋਂ ਤੁਸੀਂ ਕਹਾਂਗੇ, ਇਹ ਪੈਟਰੋਲ ਕਿ ਡੀਜ਼ਲ ਹੈ? 2000 ਪੈਟਰੋਲ, LXI ਆ, ਠੀਕ ਹੈ ਜੀ। ਹਾਂਜੀ, 8 ਮਾਡਲ ਆ, ਟਾਇਰ ਇਹਦੇ ਗੱਡੀ ਦੇ ਨਵੇਂ ਨੇ, ਵਧੀਆ, ਠੀਕ ਹੈ ਜੀ। ਇਹ ਤੁਹਾਨੂੰ ਕਾਰ ਦੇ ਦਾਂਗੇ ਲਾਸਟ 1,20,000 ਦੀ, ਰਾਜੀ ਸਵਿਫਟ ਗੱਡੀ ਆ, 1,20,000 ਦੀ, ਵਧੀਆ ਕਾਰ, ਪੂਰੀ ਬ੍ਰਾਂਡ ਨਿਊ ਕਾਰ, 1,20,000 ਦੀ 2008 ਮਾਡਲ, ਹਾਂਜੀ, ਪਹਿਲਾਂ 1.25 ਲੱਖ ਦੀ ਆਪਾਂ ਕਾਫੀ ਕਲਰ ਵੇਚੀ ਆ, ਮੈਂ ਉਹੀ ਚਿੱਟੇ ਰੰਗ ਚ, 1,20,000 ਬਈ, 1,20,000 ਦੀ, ਜੇ ਤੁਸੀਂ ਕੋਈ ਹੋਰ ਅਲਟੋ ਲੱਭ ਰਹੇ, 1,20,000 ਰੁਪਏ ਦੀ ਚਿੱਟੇ ਰੰਗ ਦੀ ਸਵਿਫਟ ਗੱਡੀ ਮਿਲ ਰਹੀ ਆ, ਗੱਡੀ ਦੇ ਵਿੱਚ ਆਏ ਨੀ ਕੋਈ ਨੁਕਸਾਨ ਸੀ, ਮੈਂ ਕਹਿੰਦਾ ਬਿਲਕੁਲ ਬ੍ਰਾਂਡ ਨਿਊ ਕਾਰ ਆ, ਤਸੱਲੀ ਕਰਕੇ ਚੈੱਕ ਕਰਕੇ ਸਾਈ ਦੇ ਕੇ 50,000 ਦਾ ਬੰਦਾ ਬਾਅਦ ਚ ਦੇ ਸਕਦਾ, ਪੱਕੀ ਗੱਲ ਹੈ। ਹਾਂ, ਲਓ 1,20,000 ਦੀ ਆਹ ਗੱਡੀ ਲੈ ਜਾਓ। ਇਸ ਤੋਂ ਬਾਅਦ ਇੱਕ ਹੋਰ ਸਵਿਫਟ ਹੈ ਆਪਣੇ ਕੋਲ, ਇਹ ਦੱਸੋ ਡਿਟੇਲ। ਇਹ 2009 ਮਾਡਲ ਆ, VXI ਕਾਰ ਆ, ਟੌਪ ਮਾਡਲ, ਠੀਕ ਹੈ ਜੀ। ਹਾਂਜੀ, ਟਾਇਰ ਇਹਦੇ ਵਧੀਆ ਕੰਡੀਸ਼ਨ ਦੇ ਨੇ ਕਾਰ ਦੇ, 80-90% ਨੇ, CNG ਔਨ ਪੇਪਰ ਆ, ਸੀਟ ਕਵਰ ਨਵੇਂ ਨੇ, CNG ਲੱਗੀ ਹੋਈ, CNG ਔਨ ਪੇਪਰ ਆ, ਠੀਕ ਹੈ ਜੀ। ਇਹਦੀ NOC ਆ ਚੁੱਕੀ, ਠੀਕ ਹੈ ਜੀ, 9 ਮਾਡਲ ਆ, VXI ਇਹਦੇ ਪਾਸਿੰਗ ਪਈ ਆ 1.5-2 ਸਾਲ, ਹਾਂਜੀ। ਇਹ ਕਾਰ ਦੇ ਦਾਂਗੇ ਬਹੁਤ ਘੱਟ ਰੇਟ ਤੁਹਾਨੂੰ, ਇਹ ਵੀ ਕਾਰ ਦੇ ਦਾਂਗੇ 1,45,000 ਦੀ, 9 ਮਾਡਲ VXI, ਦੇਖ ਲਓ, ਹਾਂਜੀ ਹਾਂਜੀ, ਇਹਦਾ 1,65,000 ਰੇਟ ਆ ਵੈਸੇ, 1,45,000 ਰੁਪਏ ਦੀ ਸਵਿਫਟ ਮਿਲ ਰਹੀ ਹੈ ਸਿਰਫ ਕਿੱਥੇ ਬਈ, ਜਸਪ੍ਰੀਤ ਕਾਰ ਬਾਜ਼ਾਰ ਸੰਗਰੂਰ ਦੇ ਵਿੱਚ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ I10, ਇਹ I10 ਕਾਰ ਆਈ ਹੈ, ਬਹੁਤ ਸਾਫ 9 ਮਾਡਲ, ਵਾਈਟ ਕਲਰ ਦੀ, ਵਾਈਟ ਕਲਰ 9 ਮਾਡਲ ਆ, CNG ਔਨ ਪੇਪਰ ਨੇ, ਨਵੇਂ ਟਾਇਰ ਲੱਗੇ ਨੇ, MRF ਦੇ, ਫਸਟ ਓਨਰ ਕਾਰ ਆ, ਪੈਟਰੋਲ, CNG ਔਨ ਪੇਪਰ, ਇਹ ਵੀ CNG ਵਾਲੀ, CNG ਔਨ ਪੇਪਰ ਆ, ਫਸਟ ਓਨਰ ਆ, ਸਾਰੇ ਸ਼ੀਸ਼ੇ ਨਾਲ ਦੇ ਨੇ ਕਾਰ ਦੇ, ਠੀਕ ਹੈ ਜੀ। 9 ਦੇ ਹੈਗੀ ਆ, ਲਾਸਟ ਮੰਥ ਦੀ ਆ, 2 ਸਾਲ ਪਾਸਿੰਗ ਪਈ ਹੈ ਜੀ। ਇਹ ਕਿੰਨੇ ਦੇ ਦਾਂਗੇ ਜੀ ਆਪਾਂ? ਇਹ ਤੁਹਾਨੂੰ ਲਾਸਟ ਦੇ ਦਾਂਗੇ ਇੱਕੋ ਰੇਟ ਦੇਣ ਲੈਣ ਵਾਲਾ, 1,30,000 ਦੀ, 1.5 ਲੱਖ ਰੇਟ ਹੈ ਕਾਰ ਦਾ, 1,30,000 ਰੁਪਏ ਦੀ I10 ਲੈ ਜਾਓ ਵੀਰੇ, CNG ਲੱਗੀ ਲਗਾਈ ਆ, 9 ਦਸੰਬਰ ਦੀ, ਇਸ ਤੋਂ ਬਾਅਦ ਬਾਈ ਸਾਰਿਆਂ ਦੀ ਜਾਨ ਗੱਡੀ ਹੈ। ਹਾਂਜੀ, ਇਹ ਬਹੁਤ ਘੱਟ ਕਾਰ ਰੇਟ ਵਾਲੀ ਕਾਰ ਆ, ਮਰੂਤੀ ਮੁੱਲ ਲਾਉਣਾ ਸੀ, ਇਹ ਸਾਰਾ ਸਮਾਨ ਵੀ ਲੱਗਿਆ ਹੈ,
ਬਾਕੀ ਇਹ ਕਾਰ ਦੇ ਦਾਂਗੇ ਤੁਹਾਨੂੰ ਲਾਸਟ ਇੱਕੋ ਰੇਟ 68000 ਰੁਪਏ ਦੀ 68000 ਰੁਪਏ ਦੀ ਆ ਲੈ ਜੋ ਵੀਰੇ ਸ਼ੈਵਲੇਟ ਦੀ ਯੂਬਾ ਮਾਡਲ 2010 25 ਤੱਕ ਵੈਲਿਡ ਆ 2010 ਮਾਡਲ ਹੈ ਵੀਰੇ 68000 ਦੀ ਗੱਡੀ ਮਿਲ ਰਹੀ ਆ 25 ਤੱਕ ਵੈਲਿਡ ਆ ਇਸ ਤੋਂ ਬਾਅਦ ਇੱਕ ਹੋਰ ਆ ਗਈ ਆਪਣੇ ਕੋਲ i10 ਇਹ i10 ਹੈਗੀ ਆ ਸਪੋਰਟਸ ਮਾਡਲ ਹੈ ਟੌਪ ਮਾਡਲ ਬੈਕ ਸ਼ੀਸ਼ੇ ਤੇ ਹੀਟਰ ਆ ਵਾਈਪਰ ਬਲੇਡ ਆ ਬੈਕ ਸ਼ੀਸ਼ੇ ਤੇ ਅੱਛਾ ਜੀ 2000 ਇਹ ਹੈਗੀ ਆ 2008 ਮਾਡਲ ਆ ਠੀਕ ਹੈ 2008 ਮਾਡਲ 8 ਦੇ ਲਾਸਟ ਮੰਥ ਦੀ ਹੈ ਇਹ 11ਵੇਂ ਮੰਥ ਦੀ ਹੈ ਸ਼ਾਇਦ ਪਟਿਆਲੇ ਦਾ ਨੰਬਰ ਬਾਈ ਪੰਜਾਬ ਨੰਬਰ ਹੈ 2006 ਤੇ 75000 ਰੁਪਏ ਦੀ ਇੰਜਨ ਗੇਅਰ ਪੂਰਾ ਵਧੀਆ ਏਸੀ ਚਾਲੂ ਹੈ ਤੇ ਆਹ ਕੰਮ ਜਿਹੜਾ ਤੁਹਾਨੂੰ ਦੇਖ ਰਹੇ ਕਰਵਾ ਕੇ ਦੇਵਾਂਗੇ ਇਹ ਕਰਵਾ ਕੇ ਦੇਵਾਂਗੇ ਵੀਰੇ ਪੰਜਾਬ ਨੰਬਰ ਦੀ 75000 ਰੁਪਏ ਦੀ ਆ ਮਿਲ ਰਹੀ ਹੈ ਆਪਣੇ ਕੋਲ ਨਾ ਇੱਕ ਗੱਡੀਆਂ ਦੇ ਨਾਲ ਨਾਲ ਵੀਰੇ ਬੁਲਟ ਕਲਾਸੀ ਖੜਾ ਵੀਆਈਪੀ ਨੰਬਰ ਦੇ ਨਾਲ ਵੀਰੇ ਇੱਕ ਵਾਰੀ ਨੰਬਰ ਦਿਖਾ ਦੇ ਸਾਰਿਆਂ ਨੂੰ ਹਨਾ ਕੰਜਾਂ ਨੂੰ ਕਹਾ ਵੀ ਵੀਆਈਪੀ ਨੰਬਰ ਹੈਗਾ ਜਾਂ ਨਹੀਂ ਹੈਗਾ ਚੈੱਕ ਕਰੋ ਵੀਰੇ 000037 ਠੀਕ ਹੈ ਤੇ ਕਿਊ ਲਾ ਲਓ ਕੁਛ ਮਰਜ਼ੀ ਲਗਾ ਲਓ ਤੇ ਇਹਦੇ ਡਿਟੇਲ ਦੱਸੋ ਦੀ ਇਹ 2018 ਮਾਡਲ ਹੈ ਕਲਾਸਿਕ ਬੁਲਟ ਸਾਰਾ ਓਰੀਜਨਲ ਆ ਸਾਰੀ ਉਰੇ ਨਾਲ ਚੱਲੇ ਹਾਂ ਮੇਰੇ ਖੁਦ ਦੇ ਨਾਮ ਤੇ ਇਹ ਠੀਕ ਹੈ ਹਾਂਜੀ ਇਹ ਚੱਲਿਆ ਓਰੀਜਨਲ 35000 ਟਾਇਰ ਨਾਲ ਦੇਨੇ ਦੀ ਟਾਇਰ ਨਾਲ ਦੇਨੇ 35000 ਚੱਲਿਆ ਜਮੀ ਨਵਾਂ ਬੁਲਟ ਆ ਬਾਈ ਕਲਾਸਿਕ 2018 ਪੇਡ ਨੰਬਰ ਲਵਾਇਆ ਦਾ ਆਪ ਲਵਾਇਆ ਪੇਡ ਨੰਬਰ ਤੇ ਇਹ ਬੁਲਟ ਦੇ ਦਾਂਗੇ ਤੁਹਾਨੂੰ ਲਾਸਟ ਵਿਦ ਨੰਬਰ ਹਾਂਜੀ ਟੋਟਲ ਸਾਰਾ 170000 ਦਾ 170000 ਦਾ ਵਿਦ ਆ ਜਿਹੜਾ ਪੇਡ ਨੰਬਰ ਲੱਗਿਆ ਤੁਹਾਨੂੰ ਨਾਲ ਮਿਲੂਗਾ 40000 ਦਾ ਨੰਬਰ ਹੈ ਇਹ ਘੱਟੋ 40000 ਦਾ ਕੱਲਾ ਨੰਬਰ ਨੰਬਰ ਹੀ ਹੈ ਹਾਂਜੀ ਲੋ ਵੀ ਆ ਚੈੱਕ ਕਰ ਸਕਦੇ ਜਿਹਨੇ ਲੈਣਾ ਵੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਰ ਲਿਓ ਕੰਟੈਕਟ ਹਾਂਜੀ ਲੋ ਜੀ ਤੁਹਾਨੂੰ ਲੋਨ ਵਗੈਰਾ ਦਾ ਪਤੀ ਆ ਬਾਈ ਹੋਰ ਕਰਵਾ ਦਿੰਦੇ ਆ ਠੀਕ ਹੈ ਪਹਿਲਾਂ ਤਾਂ ਡਾਕੂਮੈਂਟ ਸਬਮਿਟ ਕਰਾ ਦਿਓ ਉਹਨਾਂ ਨੂੰ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਕਰਕੇ ਕੰਟੈਕਟ ਤੁਸੀਂ ਕੋਈ ਵੀ ਗੱਡੀ ਦੀ ਕੁਐਰੀ ਕਰਨੀ ਕੁਐਰੀ ਕਰ ਸਕਦੇ ਹੋ ਤੇ ਹੁਣ ਜਿਹੜਾ ਆਪਾਂ ਗਿਫਟ ਦੇ ਰਹੇ ਹਾਂ ਜੀ ਗਿਫਟ ਤੁਸੀਂ ਦੱਸੋ ਹੁਣ ਚਲੋ ਮੈਂ ਅਨਾਉਂਸ ਕਰ ਦਿੰਦਾ ਇਹਨਾਂ ਵੱਲੋਂ ਗਿਫਟ ਪਹਿਲੇ 5 ਗੱਡੀਆਂ ਜਿਹੜੀਆਂ ਸੇਲ ਹੋਣਗੀਆਂ ਮਤਲਬ ਜੋ ਪਹਿਲੇ 5 ਬੰਦੇ ਉਰੇ ਪਹੁੰਚਣਗੇ ਗੱਡੀ ਖਰੀਦਦੇ ਨੇ ਗੱਡੀ ਖਰੀਦਣ ਤੋਂ ਬਾਅਦ ਗਰਮੀ ਦਾ ਮੌਸਮ ਆ ਰਿਹਾ ਠੰਡਾ ਪਾਣੀ ਪੀਣ ਦਾ ਸਾਰਾ ਜੀ ਕਰਦਾ ਮੈਂ ਪਾਣੀ ਨਹੀਂ ਦਿੰਦਾ ਆਪਾਂ ਇੱਕ ਛੋਟਾ ਫ੍ਰਿਜ ਦੇਣਾ ਜੀ ਹਾਂਜੀ ਹਾਂਜੀ ਠੀਕ ਹੈ ਦੇ ਦੋਗੇ ਕੋਈ ਨਾ ਦੇ ਦਾਂਗੇ ਚੱਕਰ ਨਹੀਂ ਨਹੀਂ ਕੋਈ ਚੱਕਰ ਨਹੀਂ ਜੀ ਦੋ ਮਤਲਬ ਫ੍ਰਿਜ ਛੋਟਾ ਹੋਊਗਾ ਜੀ ਇਹ ਨਹੀਂਗਾ ਤੁਸੀਂ ਵੱਡਾ ਪਾਲੋ ਕਦੇ ਹਾਂ ਮਤਲਬ ਫ੍ਰਿਜ ਹੋਊਗਾ ਜਿਹਦੇ ਵਿੱਚ 6-7 ਬੋਤਲਾਂ ਟਿਕ ਜਾਂਦੀਆਂ ਨੇ ਆਰਾਮ ਪਾਣੀ ਨਾਲ ਸਮਾਨ ਵੀ ਟਿਕ ਜਾਂਦਾ ਵਿੱਚ ਸਮਾਨ ਵੀ ਟਿਕ ਜਾਂਦਾ ਬਦਲ ਵਧੀਆ ਹੁੰਦਾਗਾ ਉਹਦੀ ਹਾਈਟ ਐਡੀ ਹੁੰਦੀ ਆ ਉਹ ਫ੍ਰਿਜ ਆਪਾਂ ਗਿਫਟ ਕਰਾਂਗੇ 5 ਜਿਹੜੀਆਂ ਪਹਿਲਾਂ 5 ਗੱਡੀਆਂ ਜਾਣਗੀਆਂ ਸਾਰਾ ਕੁਝ ਸੌਦਾ ਸੁੱਦਾ ਹੋਣ ਤੋਂ ਬਾਅਦ ਇਹਨਾਂ ਵੱਲੋਂ ਫ੍ਰਿਜ ਹੀ ਮਿਲੂਗਾ ਉਹ ਵੀ ਗਰਮੀ ਦਾ ਮੌਸਮ ਕਰਕੇ ਥੋੜੀ ਜਿਹਾ ਮੈਂ ਅਲਾਉਂਸ ਕਰ ਰਿਹਾ ਠੀਕ ਹੈ ਤਾਂ ਕਰਕੇ ਦੇਣਗੇ ਠੀਕ ਹੈ ਬਾਕੀ ਵੀਡੀਓ ਕਿਵੇਂ ਲੱਗੀ ਪਲੀਜ਼ ਦੱਸ ਦਿਓ ਤੇ ਜਿਹੜਾ ਮੇਰਾ ਵੀਰ ਵੀਡੀਓ ਸ਼ੇਅਰ ਵੀ ਕਰੂਗਾ ਜੀ ਆਪਾਂ 5ਵਾਂ ਉਹਨੂੰ ਦੇਣਾ ਹਾਂਜੀ ਹਾਂਜੀ ਠੀਕ ਹੈ ਸ਼ੇਅਰ ਕਰਿਆ ਹੋਇਆ ਦਿਖਾ ਦਿਓ ਵੀਰੇ ਠੀਕ ਹੈ 5ਵਾਂ ਜਿਹੜਾ ਗੱਡੀ ਗੁੱਡੀ ਲੈ ਕੇ ਆਊਗਾ ਜੋ ਵੀ ਕੁਛ ਹੈ ਸ਼ੇਅਰ ਤੁਹਾਡੀ ਰਿਸਪੋਨਸਿਬਿਲਟੀ ਬਣ ਗਿਆ ਕਰਕੇ ਦਿਖਾਉਣਾ ਹੈ ਫਿਰ ਫ੍ਰਿਜ ਮਿਲੂਗਾ ਨਹੀਂ ਫ੍ਰਿਜ ਨਹੀਂ ਮਿਲਦਾ ਠੀਕ ਹੈ ਬਾਕੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੇ ਲਈ।